ਭਾਜੀ ਹਾਂਜੀ ਮਹਿੰਗਾਈ ਹੋਈ ਬਹੁਤ ਗਈ ਆ ਸਹੀ ਗੱਲ ਆ ਭਾਜੀ ਹਫਤੇ ਬਾਅਦ ਸ਼ੇਪ ਕਰਾਉਣ ਵਾਲੇ ਭਾਜੀ ਦੋ ਦੋ ਮਹੀਨੇ ਬਾਅਦ ਕਰਾਉਣ ਡੇ ਆ ਲੰਬੇ ਲੰਬੇ ਵਾਲ ਰੱਖੀ ਜਾਣ ਦੇ ਲੋਕ ਇਹ ਵੇਖੋ ਨਾ ਮੈਂ ਕੁੜਤਾ ਪਾ ਕੇ ਆਇਆ ਘਰ ਲੈ ਟਿਆ ਨਹੀਂ ਸੀ ਇਹ ਬਿੱਲ ਭਾਜੀ 70,000 ਭੇਜਣ ਡੇ ਆ ਕੁਛ ਵੀ ਨਹੀਂ ਚੱਲਣ ਡਿਆ ਮੇਰੇ ਘਰ ਇੱਕ ਬਲਬ ਚੱਲਦਾ ਉਹਦਾ 70,000 ਭੇਜਤਾ ਇੱਕ ਬਲਬ ਚੱਲਦਾ ਜੀ ਭਾਜੀ ਨਹੀਂ ਪੈਸੇ ਆ ਗਏ ਤੁਹਾਨੂੰ ਮੈਨੂੰ ਕੋ ਵੀ ਯਕੀਨ ਕਰੋ ਸ਼ੇਪ ਵਾਸਤੇ ਪੈਸੇ ਨਹੀਂ ਸੀ ਆ ਹਾਂਜੀ ਮੈਂ ਵੀ ਨਾਲ ਦੇ ਮਸਾਂ ਕਰੋ ਮੰਗ ਕੇ ਲਿਆਉਂਦੇ ਆ ਯਾਰ ਸਮਝ ਨਹੀਂ ਆਉਣ ਡੇ ਯਾਰ ਭਾਜੀ ਕੀ ਲੱਭਣ ਡੇ ਆ ਇੱਕ ਦੋਸਤ ਦਾ ਘਰ ਲੱਭਣ ਡੇ ਆ ਅਭੀ ਫੋਰਮ ਲੱਭਣ ਡੇ ਹੁਣ ਮੈਂ ਕੀ ਲੱਭਣ ਡੇ ਆ ਫੋਰਮ ਮੈਂ ਸੋਣਾ ਉੱਥੇ ਓਏ ਆ ਯਾਰ ਸਾਡੇ ਸਿਆਸਤਦਾਨਾਂ ਨੇ ਮੁਲਕ ਦਾ ਬੇੜਾ ਗਰਕ ਕਰਤਾ ਯਕੀਨ ਮੰਨੋ ਰੌਣਕਾਂ ਨਹੀਂ ਰਹੀਆਂ ਦੁਕਾਨਾਂ ਤੇ ਨਾ ਹਮਾਮਾਂ ਤੇ ਆ ਤੁਹਾਡੇ ਸੂਟ ਤੇ ਵੀ ਰੌਣਕ ਹਨ ਕੀ ਦੇਖਿਆ ਨੇ ਰੌਣਕ ਹੁਣ ਇੱਥੇ ਮੈਂ ਝੁੰਬਰ ਵਾਲੇ ਬੁਲਾ ਲਵਾਂ ਕੀ ਕਰ ਲਵਾਂ ਰੌਣਕ ਦੱਸਦਾ ਜਲਸਾ ਰੱਖ ਲਵਾਂ ਸੂਟ ਤੇ ਕੀ ਗੱਲ ਕਰਨ ਡਿਆ ਯਾਰ ਦੋਸਤਾਂ ਤੂੰ ਭਾਜੀ ਗੱਲ ਕਰਨ ਦਾ ਮਕਸਦ ਆ ਵੀ ਇਸ ਵਾਰੀ ਜਿਹੜਾ ਤੁਸੀਂ ਵੋਟ ਨਾ ਦੇਖ ਭਾਲ ਕੇ ਪਾਉਣਾ ਭਾਜੀ ਵੀ ਉਹਨੂੰ ਚੁੰਬ ਚੱਟ ਕੇ ਪਾਈਏ ਯਾਰ ਲੋਕ ਨਾ ਦਿਲ ਲਾ ਕੇ ਕੰਮ ਨਹੀਂ ਕਰਦੇ ਇਹ ਵੇਖਣਾ ਇਹ ਤੂੰ ਕਟਿੰਗ ਕਿੱਥੋਂ ਕਰਾਈ ਆ ਉਹ ਭਾਜੀ ਇਹ ਕਰਨੇ ਆ ਮੈਂ ਬੇੜਾ ਗਰਕ ਕੀਤਾ ਪਿਆ ਕਟਿੰਗ ਦਾ ਵੇਖ ਜ਼ਰਾ ਇੱਕ ਸਾਈਡ ਤੇਰੀ ਹੌਲੀ ਆ ਇੱਕ ਸਾਈਡ ਤੇਰੀ ਭਾਰੀ ਆ ਵੇਖ ਜ਼ਰਾ ਚੈੱਕ ਕਰ ਭਾਜੀ ਮੈਂ ਅੱਗੇ ਕੰਮ ਤੋਂ ਲੇਟ ਆ ਜਾਵਾਂ ਤੁਸੀਂ ਆਹ ਕੀ ਕਰਤਾ ਮੇਰੇ ਸਿਰ ਤੇ ਕੰਮ ਤੋਂ ਲੇਟ ਮੈਂ ਤੈਨੂੰ ਕਿਹੜਾ ਉੱਥੇ ਲਾ ਕੇ ਆਉਣਾ ਮੈਂ ਤਾਂ ਸ਼ੇਪ ਕਰਨੀ ਆ ਵੀ ਮੈਂ ਟ੍ਰੇਨਾਂ ਚਲਾਉਣ ਡਿਆ ਇੱਡੀ ਮਾੜੀ ਕਟਿੰਗ ਕਿਹਦੇ ਕੋਲ ਕਰਾਈ ਆ ਯਾਰ ਉਹ ਭਾਜੀ ਤੇਰੇ ਕੋਲ ਕਰਾਈ ਆ ਤੇਰੇ ਕੋਲ ਹੀ ਕਰਾਈ ਆ ਸਾਰਾ ਸਤਿਆਨਾਸ ਕਰਤਾ ਮੇਰੇ ਵਾਲਾਂ ਦਾ ਮੈਂ ਵੀ ਕਹਾਂ ਯਾਰ ਦੇਖ ਤਾਂ ਅਸੀਂ ਸਾਈਡਾਂ ਵੀ ਬਰਾਬਰ ਆ ਪੂਰੀ ਐਂ ਕਟਿੰਗ ਬੰਬੇ ਫੋਟੋ ਹੀ ਆ ਵਾਲ ਦੇਖਣਾ ਹੱਥ ਲਾਉਂਦੇ ਖੜੇ ਹੁੰਦੇ ਬੜੀ ਅੱਛੀ ਕਟਿੰਗ ਕਰਾਈ ਆ ਤੇਰੇ ਤੋਂ ਪਹਿਲੇ ਗਾਹਕ ਹੋ ਕੇ ਗਿਆ ਉਹਨਾਂ ਕਿਸੇ ਹੋਰ ਕੋ ਕਰਾ ਕੇ ਆਇਆ ਸੀ ਉਹ ਮੇਰੇ ਜ਼ਿਹਨ 'ਚ ਚੱਲਣ ਰਿਹਾ ਸੀ ਮੈਨੂੰ ਤਾਂ ਲੱਗਦਾ ਮੈਂ ਝੁੰਬਰੇ ਦਾ ਪਾਗਲ ਹਾਂ ਨਹੀਂ 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 ਤੈਨੂੰ ਕਿਹਨੇ ਕਿਹਾ ਤੂੰ ਝੁੰਬਰੇ ਦਾ ਪਾਗਲ ਆ ਕੌਣ ਤੈਨੂੰ ਕਹਿੰਦਾ ਵਾ ਤੂੰ ਗੁਲਾਮਾਬਾਦ ਦਾ ਪਾਗਲ ਆ ਉਹ ਤੋਂ ਤੂੰ ਮੈਨੂੰ ਮੇਰੇ ਵਾਲਾਂ ਦੀ ਆਈ ਤਾਂ ਹੀ ਫੇਰਤੀ ਆ ਉਹ ਤੋਂ ਤੂੰ ਮੈਨੂੰ ਜੁਗਤਾ ਕਰ ਰਿਹਾ ਅੱਛਾ ਵਾਲ ਉੱਤੇ ਹੀ ਹੁੰਦੇ ਆ ਹੁਣ ਥੱਲੋਂ ਕਿਹੜੀ ਤੇਰੀ ਆਈ ਤਾਂ ਹੀ ਫੇਰਾਂ ਜੁਗਤਾ ਕਰ ਰਿਹਾ ਬਾਬਾ ਮੈਂ ਤੇਰੇ ਨਾਲ ਗੱਲ ਕਰ ਰਿਹਾ ਸੀਗਾ ਗੌਰਮੈਂਟ ਦੀ ਵਕਤ ਤੋਂ ਪਹਿਲਾਂ ਹੀ ਮੈਨੂੰ ਬਜ਼ੁਰਗ ਬਣਾਤਾ ਬਾਬਾ ਬਣਾਤਾ ਮੈਨੂੰ ਤੂੰ ਯਾਰ ਤੇ ਯਾਰ ਤੂੰ ਬਾਬਾ ਬਣਨਾ ਨਹੀਂ ਓਏ ਹੁਣੇ ਬਾਬਾ ਬਣਨਾ ਸੀਗਾ ਓਏ ਸ਼ੁਕਰ ਕਰ ਤੈਨੂੰ 35 ਸਾਲ 'ਚ ਬਜ਼ੁਰਗ ਬਣਾਉਣ ਡਿਆ ਲੋਕੀ ਧੱਕੇ ਠੁੱਡੇ ਖਾ ਕੇ ਬਜ਼ੁਰਗ ਬਣਦੇ ਆ ਬੜੀਆਂ ਮਿਹਨਤਾਂ ਕਰਨੀਆਂ ਪੈਂਦੀਆਂ ਬੜੇ ਜੋਧ ਕਰਨੇ ਪੈਂਦੇ ਆ ਪਹਿਲਾਂ ਜਿਹੜਾ ਬਲੇਡ ਪਾ ਰਹੇ ਆ ਅਸਲੀ ਆ ਹੋਰ ਇੱਥੇ ਈਦ ਮੁਬਾਰਕ ਲਿਖਿਆ ਵੇਖ ਤਾਂ ਤੇ ਅਸਲੀ ਆ ਪਹਿਲਾਂ ਉਸ ਤਰ੍ਹਾਂ ਨਵੇਂ ਮਾਡਲ ਦਾ ਵਾ ਹੋਰ ਮੈਂ ਤਾਂ ਟੈਂਕੀ ਟਾਪੇ ਬਦਲਾਏ ਆ ਨਵੇਂ ਮਾਡਲ ਦਾ ਹੀ ਆ ਭਾਈ ਪਿੱਛੇ ਕਰੋ ਨਾ ਇੱਥਾਂ ਪਿੱਛੇ ਕਿਤੇ ਚੌਕ ਚੱਲ ਜਾਵਾਂ ਸ਼ੇਪ ਉੱਤੇ ਚੜ੍ਹ ਕੇ ਹੁੰਦੀ ਆ ਇੱਥੇ ਤੇਰਾ ਮੂੰਹ ਆ ਜਾਂ ਮੂੰਹ ਦੇ ਜਾ ਮੈਂ ਸਵੇਰੇ ਕਰਕੇ ਭੇਜ ਦੂੰਗਾ ਮੂੰਹ ਡਰੀ ਕਾ ਤੋਂ ਜਾਣ ਡਿਆ ਮੈਂ ਗੰਡਾਸਾ ਕੱਢ ਲਿਆ ਕਬਰ ਚੋਂ ਇੱਥੇ ਆ ਇੱਥੇ ਇੱਥੇ ਲੈ ਕੀ ਹੋਇਆ ਵਾ ਤੇਰਾ ਫੋੜਾ ਦੁਖਣ ਡਿਆ ਇਹ ਕਰੀ ਜਾਣ ਡਿਆ ਭਾਜੀ ਤੁਸੀਂ ਮੈਨੂੰ ਇਹ ਦੱਸੋ ਜਿੱਦਾਂ ਇਹਦਾ ਉਸਰਾ ਫਿਰਦਾ ਤੁਹਾਨੂੰ ਨੀਂਦ ਆ ਰਹੀ ਭਾਜੀ ਮੈਨੂੰ ਮੈਨੂੰ ਬਹੁਤ ਪਿਆਰੀ ਨੀਂਦ ਆ ਰਹੀ ਇਸ ਟਾਈਮ ਨਹੀਂ ਨਹੀਂ ਮੈਨੂੰ ਇੱਥੇ ਸੌਣ ਡਿਆ ਘਰ ਤੇਰੀ ਮੰਜੀ ਚੋਰੀ ਹੋ ਗਈ ਆ ਦੱਸਦੇ ਇੱਥੇ ਕਾਹ ਤੋਂ ਸੌਂ ਜਾਣ ਡਿਆ ਘਰੋਂ ਕੱਢਿਆ ਤੂੰ ਵੀ ਇੱਥੇ ਤੋਂ ਨੀਂਦ ਆਉਣੀ ਮੈਂ ਤਾਂ ਵੈਸੇ ਪੁੱਛਿਆ ਮੈਨੂੰ ਬਹੁਤ ਪਿਆਰੀ ਨੀਂਦ ਆਉਣੀ ਮੈਂ ਤੈਨੂੰ ਮਸਹਿਰੀ ਲਾਤੀ ਇੱਥੇ ਬਹੁਤ ਪਿਆਰੀ ਨੀਂਦ ਆਉਣੀ ਤਾਰੀਫ ਵੀ ਨਾ ਕਰੇ ਤੁਹਾਡੀ ਤਾਰੀਫ ਤੂੰ ਮੇਰੀ ਕਾਹਦੀ ਕਰਤੀ ਆ ਵੀ ਯਾਰ ਆਰਾਮ ਨਾਲ ਮੋੜ ਲਾ ਸਟੇਰਿੰਗ ਆ ਬਹੁਤ ਚਿਰ ਆਰਾਮ ਨਾਲ ਮੋੜ ਲਾ ਵੀ ਤੇਰਾ ਕੰਨ ਟੁੱਟ ਗਿਆ ਆਰਾਮ ਨਾਲ ਮੋੜ ਲਾ ਇੱਕ ਕੰਮ ਕਰੋ ਆਰਾਮ ਨਾਲ ਮੋੜ ਲਾ ਹਾਂ ਚਾਹ ਸਾਉਂਡ ਰਹੀ ਆ ਬਹੁਤ ਪਿਆਰੀ ਕੀ ਨਾਲ ਕੁਲਫਾ ਖਵਾਉਣ ਤੈਨੂੰ ਬੋ 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 ਇਹ ਮੈਂ ਨਜਾਇਜ਼ ਹਾਲੇ ਤਾਂ ਹੱਥ ਲਾਇਆ ਹੀ ਹੈ ਤੁਸੀਂ ਲੋਕਾਂ ਨੇ ਝੂਠ ਦੀ ਵਜ੍ਹਾ ਤਾਂ ਪਾਕਿਸਤਾਨ ਪਿੱਛੇ ਜਾਣ ਡਿਆ ਤੈਨੂੰ ਮੇਰੀ ਸੁਣ ਲਾ ਗੱਲ ਗੌਰ ਨਾ ਜੇ ਤੂੰ ਇਸ ਵਾਰੀ ਨਾ ਹੱਕ ਵੋਟ ਪਾਇਆ ਨਾ ਗਲਤ ਪਾਰਟੀ 'ਚ ਵੋਟ ਪਾਇਆ ਮੈਂ ਤੇਰਾ ਕੰਨ ਲਾ ਦੇਣਾ ਅਗਲੀ ਸ਼ੇਪ 'ਤੇ ਅੱਖ 'ਚ ਉਂਗਲਾਂ ਮਾਰਦੀ ਭਾਈ ਅੱਖ 'ਚ ਉਂਗਲਾਂ ਮਾਰਦੀ ਫਿਰ ਕਿਸੇ ਤੂੰ ਕਿਹੜਾ ਨੋਟ ਗਿਣਨ ਡਿਆ ਤੈਨੂੰ ਪਤਾ ਇਸ ਹਕੂਮਤ ਦੇ ਦੌਰ ਦੇ ਵਿੱਚ ਡਾਲਰ ਕਿੱਥੇ ਚਲਾ ਗਿਆ ਭਾਜੀ ਡਾਲਰ ਜਿੱਥੇ ਮਰਜ਼ੀ ਜਾਵੇ ਤੁਸੀਂ ਨਾ ਜਾਇਓ ਕਿਤੇ ਨਹੀਂ ਮੈਂ ਤੈਨੂੰ ਕੋਈ ਕਿਹੜਾ ਕਿਰਾਇਆ ਮੰਗਣ ਡਿਆ ਮੈਂ ਕਿਹਾ ਸ਼ੇਪ ਅੱਧੀ ਨਾਲ ਚਰਾਈ ਵੇ ਅੱਧੀ ਕਾਹਤੋਂ ਰਹਿ ਜਾਏਗੀ ਤੂੰ ਪੈਸੇ ਪੂਰੇ ਨਹੀਂ ਦੇਣੇ ਵੀ ਅੱਧੀ ਰਹਿ ਜਾਏਗੀ ਮੈਨੂੰ ਨੀਂਦ ਆਉਣ ਡਈ ਜਿਵੇਂ ਆ ਲੈ ਅੱਜ ਤੱਕ ਤੇਰੇ ਯਾਰ ਕੋ ਟੱਕ ਨਹੀਂ ਲੱਗਾ ਕਿਸੇ ਦੇ ਬਾਕੀ ਮੈਨੂੰ ਇੱਦਾਂ ਲੱਗਦਾ ਕਿ ਅੱਜ ਬਾਹਣੀ ਹੋ ਜਾਣੀ ਮੈਨੂੰ ਤੁਸੀਂ ਮੇਰੇ 'ਤੇ ਕਰਨੀ ਹੈ ਕਿਸੇ ਹੋਰ ਗਾਹਕ ਤਾਂ ਕਰ ਲਓ ਹੁਣ ਨਹੀਂ ਕੋਈ ਗਾਹਕ ਆਉਂਦੇ ਤੇਰੇ ਤੋਂ ਹੀ ਕਰਨੀ ਮੈਂ ਦਫ਼ਤਰ ਜਾਣਾ ਭਾਜੀ ਹੈ ਕੀ ਕਿਹਾ ਤੇਰੀ ਮੁੱਛਾਂ ਹੈ ਦਫ਼ਤਰ ਵਾਲੀਆਂ ਹੋਰ ਕਿੱਥੇ ਸਿੱਧਾ ਜਾ ਕੇ ਕਿਹਾ ਯਾਰ ਮੈਂ ਫਟਾ ਲਾਉਣਾ ਤੇਰੀਆਂ ਮੁੱਛਾਂ ਹੀ ਦਫ਼ਤਰ ਵਾਲੀਆਂ ਤੁਸੀਂ ਲੋਕਾਂ ਨੇ ਦਫ਼ਤਰ ਨੂੰ ਬਦਨਾਮ ਕੀਤਾ ਮੁੱਛਾਂ ਰੱਖ ਰੱਖ ਕੇ ਹਾਂ ਦੇਖ ਸਕੂਨ ਆਉਣ ਡਿਆ ਤੈਨੂੰ ਮਜ਼ਾ ਆ ਰਿਹਾ ਬਹੁਤ ਮਜ਼ਾ ਆ ਰਿਹਾ ਕੀ ਗੱਲ ਮਹਿਕ ਮਲਕ ਦਾ ਗਾਣਾ ਲਾਇਆ ਮੈਂ ਮਜ਼ਾ ਕਾਹਦਾ ਆਉਣ ਡਿਆ ਤੈਨੂੰ ਸ਼ੇਪ ਤੈਨੂੰ ਕਾਹਦਾ ਮਜ਼ਾ ਆਉਣਾ ਸ਼ੇਪ ਕਰਾ ਦੇ ਘਰ ਨੂੰ ਜਾ ਆਪਣਾ ਤੁਸੀਂ ਲੋਕ ਮਸਾਬ ਲਾ ਤੁਹਾਡੇ ਵਿਹਲੇ ਫਿਰੀ ਜਾਣ ਡਏ ਆ ਕੰਮਾਂ ਕਰੇ ਤੁਹਾਨੂੰ ਟੈਨਸ਼ਨ ਕੋਈ ਨਹੀਂ ਹੈ ਨਾ ਤੁਹਾਡੇ ਜ਼ਮੀਰ ਮੁਤਮਿਨ ਨਾ ਤੁਸੀਂ ਆਪ ਮੁਤਮਿਨ ਮੈਨੂੰ ਇੰਨਾ ਪਤਾ ਵਾ ਤੂੰ 12-14,000 'ਚ ਵੋਟ ਭੇਜ ਦੇਣਾ ਹੀ ਆਹੋ ਵੋਟ ਕਿ ਸਾਈਕਲ ਵੇਚ ਦੇਣਾ ਇਹ ਤੂੰ ਹੁਣੇ ਗੱਲਾਂ ਕਰਨ ਡਿਆ ਵਾ ਰਾਤ ਨੂੰ ਜਦੋਂ ਤੇਰੀ ਪਾਰਟੀ ਤੇਰੇ ਘਰ ਆਉਣੀ ਆ ਤੂੰ ਦੇਖੀ ਜਿਹੜੇ ਬੱਚੇ ਹਲੇ ਤੇਰੇ ਨਹੀਂ ਨਾ ਪੈਦਾ ਹੋਏ ਉਹਨਾਂ ਦੇ ਵੋਟ ਵੀ ਵੇਚ ਦੇਣੇ ਤੂੰ ਮੇਰੀ ਸੁਣ ਲਾ ਗੱਲ ਵੋਟ ਹੱਕਦਾਰ ਨੂੰ ਪਾਉਣਾ ਆਪਣੇ ਬੱਚਿਆਂ ਦਾ ਮੁਸਤਕਬਿਲ ਸਵਾਰ ਲਓ ਤੁਹਾਨੂੰ ਮੈਂ ਦੱਸਤਾ ਜੀ
ਵੋਟ ਭਾਜੀ ਹੱਕ ਤੁਹਾਨੂੰ ਪਾਇਆ ਸੀਗਾ। ਅੱਛਾ ਨਿਕਲੇ ਹੋਰ ਸੁਗੜੀ ਵਿੱਚੋਂ, ਕਿਸੇ ਹੋਰ ਦੀ ਸੁਗੜੀ 'ਚ ਨਿਕਲੇ ਆ। ਇਹ ਕੀ ਮਤਲਬ? ਪਤਾ ਨਹੀਂ ਜਾਦੂ ਚੱਲ ਗਿਆ, ਕੀ ਵਜ੍ਹਾ ਬਣੀ ਹੈ ਤੇਰੇ ਇਕੱਲੇ ਦੇ ਵੋਟ 'ਤੇ ਜਾਦੂ ਚੱਲ ਗਿਆ। ਬਹੁਤ ਅੱਛੇ, ਕੀ ਹੋਇਆ? ਓ ਯਾਰ ਮੈਂ ਬੰਦਾ ਵਾਂ। ਬੰਦਾ ਹੀ ਆ ਤੂੰ, ਮੈਂ ਤੈਨੂੰ ਕਦੋਂ ਦਾਣਾ ਪਾਉਣ ਡਿਆ? ਹਾਂ ਦੇਖ, ਸੋਨੇ ਚਿੜੀਆ ਬਣ ਗਈ, ਨਿਕਲਿਆ ਮੇਰਾ ਯਾਰ ਤੋਂ ਫਸਟ ਕਲਾਸ। ਦੇਖ ਓਏ, ਤੇਰੀ ਕਟਿੰਗ ਵੀ ਸੈੱਟ ਕਰ ਦਿਆਂਗਾ, ਤੂੰ ਬੇਫਿਕਰ ਹੋ ਜਾ, ਘਬਰਾ ਨਾ, ਟੈਨਸ਼ਨ ਨਾ ਲੈ। ਬਹੁਤਾ ਤੇਰਾ ਕੈਨ ਜਾਣ ਲਿਆ, ਦੇਖ ਐਂ ਲੱਗਦਾ ਹੱਥ ਦਿੱਤਾ ਕਿਸੇ ਨੇ। ਵੇਖ ਭਾਈ ਆਰਾਮ ਨਾਲ ਮੋੜ ਲਾ, ਪਾਣੀ ਛਾਣੀ ਲਾ ਕੇ ਨਾ ਤੇਰਾ ਪੱਪੂ ਬੱਚਾ ਬਣ ਕੇ ਰਹੀਦਾ ਹੁੰਦਾ ਵਾ। ਐ ਵੇਖ ਨਾ ਤੇਰੇ ਵਾਲਾਂ ਨੂੰ ਹੁਣ, ਮੈਂ ਦੇਖ ਐ ਕੈਸਾ, ਹੁਣ ਲਾਵਾਂਗੇ ਪਾਣੀ। ਠਹਿਰੋ, ਪਾਣੀ ਰੁਕ ਲੈਂਦੋ, ਪਾਣੀ ਰੁਕ ਲੈਂਦਾ, ਤੂੰ ਤਾਂ ਐਂ ਜਿਵੇਂ ਤੇ ਤੇਜ਼ਾਬ ਪਾਉਂਦੇ ਆ ਮੈਂ। ਵੇਖ ਮੇਰਾ ਯਾਰ, ਤੇਰਾ ਰੰਗ ਰੂਪ ਤੇਰਾ ਸਾਰਾ ਸਵਾਰਤਾ ਸੀ ਇਹ। ਐ ਕਿਉਂ ਇੱਥੇ 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 ਮਰਨਾ ਮਰਨਾ ਕਿਉਂ ਕਿਉਂ ਚਾਸਾ ਜੀ? ਮੈਂ ਨਾ ਤੁਸੀਂ ਕਵਾਲਾ ਨਾ ਜਾਂਦੇ ਆ, ਤੇਰੀ ਗੱਲ ਵੀ ਕਰਾਂ ਅੱਛੇ ਤਰੀਕੇ ਨਾਲ ਤਿਆਰ ਕਰੋ ਮੇਰਾ ਭਾਜੀ। ਮੈਂ ਕਹਿੰਦਾ ਛੱਡ ਗੱਲਾਂ ਦੇ, ਤੁਹਾਨੂੰ ਅੱਧੇ ਘੰਟੇ ਦੂਲਾ ਇਸ ਤਰ੍ਹਾਂ ਮਿਲੇਗਾ, ਅੰਗਰੇਜ਼ ਲੱਗੇਗਾ ਤੁਹਾਨੂੰ। ਤੇ ਪੈਸੇ ਕਿੰਨੇ ਲਓਗੇ? ਪੈਸੇ ਕੁਛ ਨੀ ਭਾਜੀ, ਕੰਮ ਦੇ ਪੈਸੇ ਲੈਣੇ ਆ, ਦੋ ਨੰਬਰ ਵੀ ਅਸੀਂ ਕਰੀ ਦੀ। ਮੈਂ ਤੇ ਅੱਗੇ ਸਪਾਈ ਨੂੰ ਕਹਿਣਾ ਯਾਰ ਤੂੰ ਫੀਸ ਅਵਰੀ ਦਾ ਕੰਮ ਕਰਾ ਲਾ। ਪੈਸਿਆਂ ਦਾ ਕੋਈ ਮਸਲਾ ਨਹੀਂ, ਤੁਸੀਂ 5-6 ਲੈ ਲੈਣਾ, ਲੇਕਿਨ ਇੱਕ ਦੁਲਹਾ ਮੇਰਾ ਭਰਾ ਨਾ ਖੂਬਸੂਰਤ ਲੱਗੇ। ਭਾਜੀ ਮੈਂ ਕਹਿੰਦਾ ਛੱਡ ਗੱਲਾਂ ਦਿਓ, ਅੱਲਾ ਦੇ ਹੁਕਮ ਨਾਲ ਇਸ ਇਲਾਕੇ ਦੇ ਸਾਰੇ ਦੁਲਹੇ ਮੈਂ ਤਿਆਰ ਕਰਦਾ ਵਾਂ। ਅੱਛਾ ਜੀ, ਅੱਛਾ ਭਾਜੀ ਮੇਰਾ ਭਾਈ ਨਾ ਖੂਬਸੂਰਤ ਲੱਗੇ, ਇੱਕ ਨਾ ਪਤਾ ਲੱਗੇ ਤੇ ਫੇਸ ਤੇ ਗਲੋ ਆਈ ਹੈ। ਭਾਜੀ ਮੈਂ ਕਹਿੰਦਾ ਛੱਡ ਗੱਲਾਂ ਦਿਓ, ਨਿਕਾਹ ਖਾਂ ਤੱਕ ਤਰੀਫਾਂ ਕਰਨਗੇ, ਮੌਲਵੀ ਆਪ ਕਹੇਗਾ ਤੁਸੀਂ ਮੁੰਡਾ ਤਿਆਰ ਕਿੱਥੋਂ ਕਰਵਾਇਆ ਵਾ, ਔਰਤਾਂ ਛੱਤਾਂ ਤੇ ਖਲੋ ਖਲੋ ਕੇ ਵੇਖਣਗੀਆਂ ਦੂਲਾ ਤਿਆਰ ਕਿੱਥੋਂ ਆ। ਇਹਨਾਂ ਦੇ ਥੱਲੇ ਵੀ ਦੇਖਣਗੇ ਖਲੋ ਕੇ ਭਾਜੀ, ਦੂਲਾ ਥੱਲੇ ਹੀ ਹੋਣਾ ਵਾ, ਉਹਨੇ ਕਹਿੰਦਾ ਵੀ ਹੈਲੀਕਾਪਟਰ 'ਚ ਆਉਣਾ ਵਾ। ਤੁਸੀਂ ਗੱਲ ਨੂੰ ਆਪ ਸਮਝੋ ਭਾਜੀ। ਭਾਜੀ ਹਾਂਜੀ, ਤੁਹਾਡੀ ਮਿਹਰਬਾਨੀ ਆ, ਮੈਨੂੰ ਭੁੱਖ ਵੀ ਲੱਗੀ ਆ, ਮੈਂ ਜਾਣਾ ਕੰਮ ਤੇ, ਮੈਂ ਲੇਟ ਹੋਣ ਡਿਆ ਵਾਂ। ਭੁੱਖ ਵੀ ਨਾ, ਰੋਟੀ ਬੰਨ ਕੇ ਲਾਇਆ ਕਰ ਜੋ, ਸ਼ੇਵ ਕਰਾਉਣਾ ਹੈ ਸਹੀ ਨਾ? ਅਤੇ ਭਾਜੀ ਦੂਲਾ ਭਾਈ ਕਿੱਥੇ ਨੇ? ਦੂਲਾ ਬਾਹਰ ਗੱਡੀ 'ਚ ਬੈਠੇ ਭਾਈ। ਅਤੇ ਉਹਨੂੰ ਬੁਲਾਓ ਕਿ ਮੈਂ ਕਰੀਮਾ ਲੈ ਕੇ ਉੱਥੇ ਜਾਣਾ, ਬੁਲਾਓ ਉਹਨਾਂ ਨੂੰ। ਨਹੀਂ ਮੈਂ ਹੁਣੇ ਬੁਲਾ ਕੇ ਲਿਆ। ਆਹੋ, ਉਹ ਵਿੱਚ ਬੋਲੀਦਾ ਨਹੀਂ ਹੁੰਦਾ, 5-7 ਮਿੰਟਾਂ ਦੇ 5-6 ਹਜ਼ਾਰ ਰੁਪਏ ਕਮਾ ਲੈਣਾ ਤੂੰ, ਬਾਰ ਬਾਰ ਮੈਂ ਜਾਣਾ ਮੈਂ ਜਾਣਾ, ਆ ਲੈ ਜਾ ਉੱਠ ਬਸ। ਮੁੱਛਾਂ ਵੀ ਠੀਕ ਆ ਮੇਰੀਆਂ? ਕਰ ਤੇਰਾ ਠੀਕ, ਮਤਲਬ ਕੀ ਹੋਇਆ, ਬਿਮਾਰ ਹੋਈਆਂ? ਚੱਲ ਉੱਠ, ਚਲੋ ਚਲੋ ਜਾਓ, ਖੈਰ ਹੋਵੇ। ਪੈਸੇ ਕਾਊਂਟਰ 'ਤੇ ਦੇ ਜੀ। ਭੂਰੀ ਕਿਹਨੂੰ ਪਾਉਣ ਡਿਆ? ਮੈਂ ਤੇਰੀ ਇੱਕ ਕਲਮ ਛੋਟੀ ਵੱਡੀ ਕੀਤੀ ਹੁੰਦੀ, ਫਿਰ ਤੈਨੂੰ ਪਤਾ ਲੱਗਦਾ ਮੇਰੀ ਕਦਰ ਦਾ। ਜਾ ਕਿੱਥੋਂ ਆਏ ਤਾਂ ਨਹਿ ਜੇ ਗਾਹਕ। ਅੱਲਾ ਖੈਰ ਕਰੇ ਯਾਰ, ਮਾਸ਼ਾਲਾ ਪਹਿਲਾਂ ਹੀ ਧੂਲਾ ਆ ਗਿਆ ਵਾ ਸਵੇਰ ਸਵੇਰੇ। ਅੱਲਾ ਕਰਮ ਕਰੇ ਯਾਰ, ਸਫਾਈ ਸਫੂਈ ਕਰੀਏ ਤਾਂ ਕਿ ਨਾ। ਅਜੀ ਭਾਈ ਜਾਨ ਆ ਗਏ ਨੇ, ਦੁਲਾ ਭਾਈ, ਦੁਲਾ ਭਾਈ ਆ ਗਏ ਨੇ। ਕਿੱਥੇ ਨੇ? ਹੈ ਤੁਹਾਡੇ ਨਾਲ। ਲੱਗਦਾ ਹੁਸਨ ਪਹਿਲੀ ਵਾਰੀ ਦੇਖ ਲਿਆ ਭਾਈ ਜੀ। ਦੁਲਾ ਭਾਈ ਇਹ ਨੇ ਨਫੀਸ, ਨਫੀਸ ਜੀ ਜੀ, ਇਹ ਦੁਲਾ ਭਾਈ। ਦੱਸੋ ਨਾ ਇਹਨਾਂ ਨੂੰ ਨਫੀਸ ਭਾਈ। ਮੈਂ ਦੱਸ ਰਿਹਾ ਇੱਕ ਮੁੰਡਾ ਦੁਲਾ ਭਾਈ, ਇਹਨਾਂ ਨੂੰ ਤੁਸੀਂ ਨਾ 1.5 ਘੰਟੇ 'ਚ ਤਿਆਰ ਕਰਨਾ, ਤੁਸੀਂ ਕਿਹਾ ਸੀ। ਇਹ ਦੁਲਾ ਤੁਹਾਡਾ ਬੰਬ ਵਾਲੀ ਜੈਕਟ ਦੀ ਟਰਾਈ ਦੇ ਗਿਆ ਭਾਈ ਜੀ। ਨਹੀਂ ਭਾਈ ਜਾਨ, ਇਹ ਦੇਖੋ ਨਾ, ਇਹ ਤੁਸੀਂ ਟੈਨਸ਼ਨ ਨਹੀਂ ਲੈਣੀ, ਇਹ ਕੁਦਰਤੀ ਨਿਜ਼ਾਮ ਇੱਦਾਂ ਦਾ ਹੋਇਆ ਵਾ ਬੇੜੇ ਕਰਕੇ ਨੇ, ਲੇਕਿਨ ਤੁਸੀਂ ਤਿਆਰ ਕਰਨਾ ਇਹਨੂੰ। ਮੈਂ 6,000 ਰੁਪਏ ਇਸੇ ਕੰਮ ਦਾ ਦੇਣਾ, ਕਿਉਂਕਿ ਤੁਸੀਂ 5 ਕਿਹਾ ਸੀ, ਲੇਕਿਨ 1,000 ਬਲਕਿ 7-7.5 ਲੈ ਲੈਣਾ, ਬਲਕਿ 8 ਲੈ ਲੈਣਾ ਭਾਜੀ। ਤੁਸੀਂ 7 ਕਰੋੜ ਵੀ ਦਿਓ ਉਹਨਾਂ ਨੂੰ, 19-20 ਫਰਕ ਨਹੀਂ ਪੈਣਾ ਭਾਜੀ। ਅੱਛੇ ਸਲੋਨ ਦਾ ਕਿਹਾ ਸੀ, ਆਈਟਮ ਸਿੱਟਣ ਵਾਲਾ ਬੰਦਾ ਉਹਦਾ ਚੰਗਾ ਹੀ ਨਹੀਂ ਸਹੀ ਹੈ। ਆਹੋ ਭਾਈ ਜਾਨ ਦੇਖੋ ਨਾ, 5 ਮੇਰੇ ਆਏ ਨੇ ਬਾਹਰੋਂ, ਬਾਹਰ ਫਿਰਨ ਡਿਆ ਸੀ ਕਾਫੀ ਦੇਰ ਤੋਂ। ਅੱਛਾ, ਰਾਜੇ ਲੋਕਾਂ ਦੇ ਏਦਾਂ ਦੇ ਸੂਟ ਹੁੰਦੇ, ਨਾਲੇ ਲੈਟ ਤੇ ਆਉਣੀ ਡਈ, ਤਾਂ ਕਰਕੇ ਭਾਜੀ ਹੁਣ ਕੰਮ ਤੇ ਵੀ ਪਹੁੰਚਣਾ, ਇਸਤਰੀ ਨੀ ਕੀਤਾ ਭਾਜੀ। ਥੋੜਾ ਪਿੱਛੇ ਹੋ ਨਾ, ਕੀ ਗੱਲ ਸਹੀ ਕਰ ਰਹੇ ਹੋ ਉਹਨਾਂ 'ਚ? ਨਹੀਂ ਨਾ ਭਾਜੀ, ਤੁਹਾਡੀ ਮਿਹਰਬਾਨੀ, ਤੁਸੀਂ ਨਾ ਭਾਜੀ ਮੈਨੂੰ ਮਾਫੀ ਦੇ ਦਿਓ, ਤੇ ਜਿਹੜੀ ਤੁਹਾਡੀ ਮੇਰੀ ਕਮਿਟਮੈਂਟ ਹੋਈ ਸੀ ਨਾ, ਉਹ ਮਾਜ਼ਰਤ ਮੈਂ ਭਾਜੀ। ਤੁਸੀਂ ਮੈਨੂੰ 6 ਸਾਲ ਦਾ ਵੀ ਟਾਈਮ ਦਿਓ ਨਾ, ਇਹ ਬੱਚਾ ਮੇਰੇ ਕੋਲ ਨਹੀਂ ਚਿੱਟਾ ਹੋਣਾ। ਹਾਂਜੀ, ਇਹਨਾਂ ਕੋਲ ਡੋਲ ਹੈਗਾ ਜੀ, ਘਰੋਂ ਦੁੱਧ ਲੈਣ ਵੀ ਨਿਕਲੇ। ਕੀ ਕਹਿ ਰਹੇ ਤੁਸੀਂ? ਡਾਲਰਾਂ ਦੀ ਕਾਪੀ ਇਹਨਾਂ ਦੇ ਕੋਲ, ਇਹਨਾਂ ਨੂੰ ਤਿਆਰ ਕਰੋ, ਨਾਲੇ ਤੁਹਾਡੀ ਜ਼ਿੰਮੇਵਾਰੀ ਤੁਸੀਂ ਮੇਰੇ ਨਾਲ ਜ਼ਬਾਨ ਕੀਤੀ ਭਾਜੀ। ਡਾਲਰਾਂ ਤੋਂ ਇਲਾਵਾ ਕੁਵੈਤੀ ਦਿਨਾਰ ਵੀ ਦੇਣਗੇ ਨਾ, ਮੈਂ ਇਹਦਾ ਰਿਸਕ ਨਹੀਂ ਲੈ ਸਕਦਾ ਭਾਜੀ, ਮੈਨੂੰ ਪਤਾ ਨਹੀਂ ਫਰਕ ਪੈਣਾ। ਤੁਸੀਂ ਭਾਜੀ ਕੋਸ਼ਿਸ਼ ਤਾਂ ਕਰੋ, ਇਹਦਾ ਗੁੱਡਾ ਦਿਓ ਫਿਰ ਰੰਗ ਚਿੱਟਾ ਹੋਣਾ, ਗੁੱਡਾ ਸਮਝਦੇ ਸੂਈਆਂ ਲਾ ਕੇ। ਉਹ ਜਾਦੂ ਕਰਾਉਣਾ ਚਾਹੁੰਦਾ ਮੈਂ ਇੱਥੇ। ਉਹ ਭਾਜੀ ਇਹ ਮੈਂ ਤਾਂ ਅੱਗੇ ਨਹੀਂ ਬਾਹਰ ਨਿਕਲਦਾ, ਲੋਕ ਮੇਰੇ ਤੇ ਤਵੀਤ ਕਰਦੇ ਆ। ਉਹ ਭਾਜੀ ਸਹੀ ਕਰਦੇ ਆ ਨਾ ਭਾਜੀ, ਥੋੜਾ ਪਿੱਛੇ ਹੋ ਕੇ ਤਾਂ ਖਲੋ ਨਾ। ਇੱਕ ਸੈਕਿੰਡ, ਅੱਛਾ ਮੇਰੀ ਗੱਲ ਸੁਣੋ, ਤੁਸੀਂ ਪੈਸਾ ਦੀ ਫਿਕਰ ਨਾ ਕਰੋ। ਨਹੀਂ ਨਹੀਂ ਤੁਸੀਂ ਫਿਰ, ਨਹੀਂ ਨਹੀਂ ਮੈਂ ਕਰ ਰਹੀ ਹਾਂ। ਮੇਰੀ ਗੱਲ ਸੁਣੋ,
ਹੱਥ ਤੇ ਸਿੱਧੇ ਕਰੋ ਆਪਣੇ ਜੇ ਕੋਈ ਏਦਾਂ ਦਾ ਗਾਹਕ ਆ ਜਾਂਦਾ ਹੱਥ ਮੈਂ ਭਾਜੀ ਵਿਆਂਗ ਨੂੰ ਤੁਰਗਾ ਲੈਗਾ ਬਿਲਕੁਲ ਸਿੱਧੇ ਹੋ ਜਾਣਗੇ ਇੱਥੇ ਨਹੀਂ ਮੈਂ ਸਿੱਧੇ ਕਰਨਾ ਬੰਦਿਆਂ ਖੁਦਾ ਦੇ ਤੇਰਾ ਤਜਰਬਾ ਕਾਮਯਾਬ ਹੋ ਗਿਆ ਤੂੰ ਜ਼ਿੰਦਗੀ 'ਚ ਨਾਕਾਮ ਨਹੀਂ ਹੁੰਦਾ ਭਾਜੀ ਉਹਦਾ ਮੂੰਹ ਤਾਂ ਦੇਖੋ ਵੀ ਅੱਧੀ ਟਰਾਲੀ ਮਿੱਟੀ ਦੀ ਲੱਗਣੀ ਅੰਦਰ ਵਾਲੀ ਸਾਈਡ ਤੇ ਫੇਰ ਹੀ ਗੱਲਾਂ ਬਾਹਰ ਹੋਣੀਆਂ ਮੈਂ ਕੀ ਮੰਨ ਲਾਵਾਂ ਯਾਰ ਤੂੰ ਖੇਪ ਕਰਨੀ ਤੇ ਮੁਨਿਆਦਾਂ ਭਰਨੀਆਂ ਮੈਨੂੰ ਤਾਂ ਤੇਰੀ ਸਮਝ ਨਹੀਂ ਉਹ ਤੇਰੀ ਮੁਨਿਆਦ ਹੀ ਭਰਨੀ ਪੈਣੀ ਅੰਦਰ ਤਾਂ ਹੈ ਹੀ ਕੁਛ ਨਹੀਂ ਵੇਖ ਤਾਂ ਸਹੀ ਟੱਪੇ ਭਰੇ ਪਏ ਅੰਦਰੋਂ ਹਾਂ ਵੇਖ ਤਾਂ ਸਹੀ ਸੀਟ ਹੀ ਬੁਰਕੀ ਭਰੀ ਆ ਇੱਥੋਂ ਕਿਸੇ ਨੇ ਹਾਂ ਆਪਣੇ ਸ਼ਰੀਕਿਆਂ ਦੀਆਂ ਤਸਵੀਰਾਂ ਲਾਈਆਂ ਕੀ ਮਸਲਾ ਗੁੱਲੀ ਕੱਟਣ ਭਾਜੀ ਤੁਹਾਨੂੰ ਪਤਾ ਕੌਣ ਆ ਮੈਨੂੰ ਨੀ ਪਤਾ ਕੌਣ ਮੈਂ ਉਹੀ ਤੁਹਾਡੇ ਕੋਲ ਪੁੱਛਣੇ ਵੀ ਕੌਣ ਆ ਤੈਨੂੰ ਨੀ ਪਤਾ ਕੌਣ ਆ ਮੈਨੂੰ ਪਤਾ ਕਿਹਨੂੰ ਪੁੱਛੇ ਤੁਸੀਂ ਦੱਸੋ ਜੀ ਕੌਣ ਮੈਂ ਦੱਸਾਂ ਵੀ ਕੌਣ ਆ ਕੌਣ ਆ ਟਰਾਈ ਤਾਂ ਕਰੋ ਪਲੀਜ਼ ਨਹੀਂ ਟਰਾਈ ਕਾਹਦੀ ਕਰਾਂ ਭਾਜੀ ਮੇਰੇ ਕੋਲ ਪਤਾ ਨਹੀਂ ਹੋਣੀ ਮੇਰੇ ਕੋਲ ਤੁਹਾਡੀ ਭਾਜੀ ਏਦਾਂ ਤੁਹਾਡੇ ਸਜਣੀ ਨੀ ਹੈਗੀ ਏਦਾਂ ਤੁਹਾਡੀ ਵੀ ਕਰਾ ਦਿੰਦੇ ਏਦਾਂ ਫੇਸ ਸਹੀ ਆ ਕਿਉਂ ਨਹੀਂ ਸਜੇਗੀ ਆ ਫੇਸ ਨਹੀਂ ਸਹੀ ਐਂ ਕਰਿਓ ਜਰਾ ਆ ਬਹੁਤ ਸਹੀ ਆ ਭਾਈ ਨੇ ਮੇਰੇ ਬਾਪ ਜਰਾ ਭਾਜੀ ਫੇਸ ਕਹਿਣਾ ਏਦਾਂ ਦੇ ਬੱਚੇ ਤੂੰ ਮੈਨੂੰ ਬੂਥਾ ਕਹਿ ਆਪਣਾ ਤਾਂ ਕਿ ਮੇਰਾ ਬੂਥਾ ਵੀ ਸਹੀ ਆ ਓਏ ਊਂਡ ਦੇ ਇਸਤਰੀ ਮਾਰੀ ਹੁੰਦੀ ਤੂੰ ਚੁੱਪ ਕਰ ਤੂੰ ਕੋਈ ਗੱਲ ਨਾ ਨਹੀਂ ਯਾਰ ਤੁਸੀਂ ਟੈਨਸ਼ਨ ਨਾ ਲਓ ਭਾਈ ਨੂੰ ਬਹੁਤ ਸੀਟ ਤੇ ਇਹਨੂੰ ਦੱਸੋ ਵੀ ਇਹ ਜੀ ਸਕਿਨ ਨੂੰ ਕੋਈ ਹੱਥ ਨਹੀਂ ਲਾਇਆ ਓਏ ਸਕਿਨ ਨਾ ਕਹਿ ਤੂੰ ਕਿ ਮੇਰੇ ਚਾਨੇ ਨੂੰ ਕੋਈ ਮਸਲਾ ਨਾ ਬਣੇ ਚਾਨਾ ਕਹਿ ਤੂੰ ਭਾਈ ਜਾਨ ਤੁਸੀਂ ਇਹ ਵੀ ਲਾਈਟ ਨਾ ਮੇਰੇ ਭਾਈ ਨੂੰ ਲਵੋ ਤੁਹਾਨੂੰ ਦੱਸੋ ਜਰਾ ਇਹਨੂੰ ਓਏ ਡੋਲੇ ਤੇ ਮੁੱਛਾਂ ਰੱਖੀਆਂ ਹੁੰਦੀਆਂ ਤੂੰ ਕਿਉਂ ਬਦਤਮੀਜ਼ੀ ਕਰ ਰਿਹਾ ਅੱਛਾ ਸਕਿਨ ਵੀ ਕਹਿਣ ਦੇ ਸਕਿਨ ਤੇ ਕਹਿਣਾ ਇਦਾਂ ਦੇ ਬੱਚੇ ਤੂੰ ਖਲ ਕਹਿ ਪੁਣੀ ਤੂੰ ਤਮੂਰ ਬਣਾਉਣਾ ਉਹਦਾ ਤੈਨੂੰ ਕੀ ਮਸਲਾ ਭਾਜੀ ਤੁਹਾਡੀ ਮਿਹਰਬਾਨੀ ਤੁਸੀਂ ਜਾਓ ਬਾਹਰ ਚੱਲ ਜਾਓ ਕੰਮ ਦਾ ਟਾਈਮ ਆ ਅਸੀਂ ਨਹੀਂ ਜਾਣਾ ਤੂੰ ਆਪਣੀ ਦੁਕਾਨ ਛੱਡ ਕੇ ਚੱਲ ਜਾ ਨਹੀਂ ਨਹੀਂ ਪੂਰੀ ਗੱਲ ਹੀ ਸਮਝ ਮੈਨੂੰ ਕਹਿੰਦਾ ਤੁਸੀਂ ਬਾਹਰ ਜਾਓ ਭਾਈ ਨੂੰ ਸੀਟ ਤੇ ਬਿਠਾਓ ਇਹ ਗਰਾਊਂਡ 'ਚ ਕਟਨ ਕਰਦਾ ਵੀ ਅਸੀਂ ਬਾਹਰ ਜਾਈਏ ਆਹ ਗੱਲ ਤੁਹਾਡੀ ਬਿਲਕੁਲ ਸਹੀ ਆ ਤੁਸੀਂ ਬਾਹਰ ਚੱਲ ਜਾਓ ਤੇ ਮੈਂ ਮੋਟੇ ਤੇਲੇ ਜੁੱਤੀ ਦੇ ਜਾਓ ਬਸ ਚਟਣੀ ਆ ਉਹ ਦੱਸੋ ਜਰਾ ਭਾਈ ਹੈ ਉਸਤਰਾਬਾਜ਼ੀ ਨਾ ਕਰਾ ਦੀ ਉਹਦੇ ਹੱਥ ਥੱਲੇ ਪੂਰਾ ਬਲੇਡ ਇੱਕ ਨੰਬਰ ਉਹਨੇ ਇੱਥੇ ਐਵੇਂ ਕੰਮ ਕਰ ਦੇਣਾ ਮੈਂ ਪਤੰਗਬਾਜ਼ੀ ਬਹੁਤ ਕਰਦਾ ਇਹਨੂੰ ਕਰ ਲੈਣ ਦੇ ਅੱਛਾ ਗੱਲ ਸੁਣ ਮੇਰੀ ਗੱਲ ਤੁਸੀਂ ਪੈਸੇ ਲੈ ਲਿਓ 10,000 ਲੈ ਲਿਓ ਮੇਰੇ ਭਰਾ ਨੂੰ ਬਹੁਤ ਸੀ ਤੇ ਕੰਮ ਸ਼ੁਰੂ ਕਰ ਦੋ ਤੁਹਾਡੀ ਮਿਹਰਬਾਨੀ ਟਾਈਮ ਸ਼ਾਰਟ ਹੈਗਾ ਪਿੰਕੀ ਯਾਦ ਕਰ ਰਹੀ ਆ ਕਿਉਂਕਿ ਪਿੰਕੀ ਯਾਦ ਕਰ ਰਹੀ ਭਾਜੀ ਇੱਧਰ ਆਓ ਤੁਸੀਂ ਮੈਂ ਬਹਿ ਜਾ ਭਾਜੀ ਇੱਕ ਮਿੰਟ ਆਓ ਭਾਜੀ ਐਂ ਇੱਥੇ ਬਹੋ ਭਾਜੀ ਇੱਕ ਮਿੰਟ ਆਹ ਤਿਆਰ ਕਰੋ ਮੇਰੇ ਭਾਜੀ ਨੂੰ ਭਾਜੀ ਇੱਕ ਮਿੰਟ ਮਾਮਾ ਸ਼ੁਰੂ ਕਰੋ ਕੰਮ ਬਿਸਮਿਲਾ ਕਰੋ ਨਹੀਂ ਜੁੱਤੀ ਉੱਪਰ ਲੈ ਕੇ ਕਰੋ ਬਹਿ ਕੇ ਮੈਨੂੰ ਦੱਸ ਦੇ ਤੂੰ ਰੋਟੀ ਖਾਣਾ ਇੱਥੇ ਬਹਿ ਕੇ ਕੀ ਹੋ ਰਿਹਾ ਖਾਣਾ ਇੱਥੇ ਬਹਿ ਕੇ ਭਾਜੀ ਬਿਸਮਿਲਾ ਕਰੋ ਇਹਨੇ ਇੱਥੇ ਭੌਂਕਣਾ ਮਠਾ ਦੇਣਾ ਭਾਜੀ ਭਾਜੀ ਬਿਸਮਿਲਾ ਕਰੋ ਨਾ ਹਲੋ ਕਰੋ ਸ਼ੁਰੂ ਕਰੋ ਮੈਂ ਦੇਸੀ ਮੁਰਗਾ ਇੱਕ ਮਿੰਟ ਤੂੰ ਇੰਦਰ ਹੀ ਆ ਚਲੋ ਮੈਂ ਭਾਜੀ ਕੀ ਗੱਲ ਆ ਤੌਲੀਆ ਪਾ ਯਾਰ ਲਓ ਜੀ ਖੈਰ ਲੱਖ ਲਾ ਜੀ ਆਉਂਦੇ ਜਾਓ ਤਾਂ ਦੇਖਦੇ ਜਾਓ ਸਾਰੇ ਮੇਰਾ ਕਬਰ ਦਾ ਹਿਸਾਬ ਸ਼ੁਰੂ ਕਰਨ ਲੱਗਾ ਜਿਸ਼ਾਨ ਤੁਹਾਡਾ ਨਾ ਜੀ ਮੇਰਾ ਅੱਛਾ ਜਿਸ਼ਾਨ ਭਾਈ ਤੁਸੀਂ ਕੱਪੜੇ ਕੱਪੜਾ ਭਾਈ ਨੇ ਕਹਿੰਦਾ ਪਾਓ ਜਿਸ ਤਰ੍ਹਾਂ ਕਸਟਮਰ ਦੇ ਪਾਏ ਤੁਸੀਂ ਉਹਨਾਂ ਦਾ ਪੂਰਾ ਮੂੰਹ ਲਗੋਤਾ ਤੁਸੀਂ ਮੂੰਹ ਕਿਉਂ ਲਗਾਇਆ ਇਹਨਾਂ ਦਾ ਮੈਨੂੰ ਇਹ ਦੱਸੋ ਪਹਿਲੇ ਭਾਜੀ ਉਹਦਾ ਬੋਲੀ ਨਹੀਂ ਹੈ ਕਸਟਮਰ ਵਾਲਾ ਮੂੰਹ ਨਹੀਂ ਹੈ ਕਸਟਮਰ ਵਾਲਾ ਭਾਜੀ ਦੇਖੋ ਤੁਸੀਂ ਕਸਟਮਰ ਤੇ ਹੋਰ ਐ ਵੇਖੋ ਸਾਰੇ ਕਸਟਮਰ ਇਦਾਂ ਦੇ ਹੁੰਦੇ ਤੁਸੀਂ ਕਰਾ ਲਓ ਮੈਂ ਕਰ ਦੇਣੀ ਸੀਗੀ ਐ ਦੇਖੋ ਮੂੰਹ ਹੈ ਕਸਟਮਰ ਵਾਲਾ ਦੇਖੋ ਸ਼ੁਕਰ ਕਰ ਮੈਂ ਤੇਰੇ ਕੋਲੇ ਬੈਠਾ ਮੈਂ ਤਾਂ ਕਿਸੇ ਨੂੰ ਤਸਵੀਰ ਨਹੀਂ ਆਪਣੀ ਖਿੱਚ ਲੈਂਦਾ ਉਹ ਤੂੰ ਆਪਣੇ ਵਾਲ ਵੀ ਨਾਲ ਲੈ ਕੇ ਜਾਣੇ ਆ ਜਿਹੜੇ ਮੈਂ ਕੱਟਣੇ ਆ ਅੱਛਾ ਭਾਜੀ ਜੇ ਉਸ ਤਰ੍ਹਾਂ ਨਾ ਮੈਂ ਤੇਰੀ ਸ਼ੇਵ ਕਰੀ ਤੂੰ ਉਸ ਤਰ੍ਹਾਂ ਵੀ ਨਾਲ ਲੈ ਕੇ ਜਾਣਾ ਜਿਹੜਾ ਤੌਲੀਆ ਮੈਂ ਤੇਰੇ ਤੇ ਪਾਉਣਾ ਉਹ ਤੌਲੀਆ ਵੀ ਤੂੰ ਨਾਲ ਲੈ ਕੇ ਜਾਣਾ ਮੈਂ ਦੱਸਾਂ ਮੈਂ ਹੱਥ ਇਹਨੇ ਕਲਮ ਕਰਾ ਲੈਣੇ ਹੁਣ ਤੈਨੂੰ ਲਾ ਕੇ ਮੇਰੀ ਗੱਲ ਸੁਣ ਇੱਥੋਂ ਹਲਕੇ ਕਰਨੇ ਇੱਥੋਂ ਹਲਕੇ ਕਰਨੇ ਤੇ ਨੱਕ ਦੀ ਮੈਂ ਬੋਦੀ ਰੱਖਣੀ ਨੱਕ ਦੀ ਬੋਦੀ ਰੱਖਣੀ ਜੀ ਜੀ ਯਾਨੀ ਕਿ ਨੱਕ ਲਓ ਤੇ ਰਾਜੇਸ਼ ਕਹਿੰਦਾ ਬਣਨਾ ਯਾਦ ਕਰਨਾ ਤੁਸੀਂ ਜਾਣਦੇ ਬਸ ਮੇਰਾ ਵੀਰ ਇਹਨਾਂ ਨੂੰ ਚਮਕਾ ਦੇਣਾ ਉਹ ਭਾਜੀ ਕਿੱਦਾਂ ਚਮਕਾ ਦੇਣਾ ਫਰਨੀਚਰ ਪਾਸ਼ ਮਾਦਮਾ ਨੂੰ ਇਹ ਅੱਲਾ ਦੇ ਕੰਮ ਆ ਭਾਜੀ ਇਹ 'ਚ ਬੰਦਾ ਕੁਛ ਕਰ ਸਕਦਾ ਤੂੰ ਕਿਹਾ ਨਹੀਂ ਵੀ ਚਿੱਟਾ ਰੰਗ ਹੋ ਗਿਆ ਵਾਈਟ ਰੰਗ ਤੂੰ ਕਰਨਾ ਤੇ ਨਾ ਪੈਸੇ ਮੁੱਕਲੇ ਤੇ ਨਾ ਕਮਿਟ ਹੋਈ ਆ ਉਹ ਲਾਣਤ ਪਾ ਮੇਰੀ ਜ਼ੁਬਾਨ ਤੇ ਯਾਰ ਲਾਣਤ ਯਾਰ ਲਾਣਤ ਯਾਰ ਇਹਦਾ ਫੌਰਨ ਰਿਪਲਾਈ ਯਾਰ ਤੁਸੀਂ ਪੌਣੇ ਘੰਟੇ ਦਾ ਕਿਹਾ ਸੀਗਾ ਆਹੋ ਤੇ ਬਸ ਠੀਕ ਹੈ ਹੁਣ ਇੱਕ ਘੰਟੇ 'ਚ ਤਿਆਰ ਕਰ ਦਿਓ ਤੁਸੀਂ ਜ਼ੁਬਾਨ ਕੱਢਦਾ ਫੈਰ ਮਾਰਦੇ ਜੇ ਕੋਈ ਗਲਤ ਬਿਆਨੀ ਹੋ ਗਈ ਸਿੱਧਾ ਹੋਵੇ ਉਹ ਸਿੱਧਾ ਤੁਸੀਂ ਲਾੜਾ ਤਾਂ ਦੇਖ ਕਿੱਦਾਂ ਦਾ ਲੈ ਕੇ ਆ ਗਈ ਯਾਰ ਤੈਨੂੰ ਕੀ ਆ ਤੂੰ ਸ਼ੇਵ ਕਰ ਤੈਨੂੰ ਲਾੜੇ ਨਾਲ ਕੀ ਅੱਛਾ ਭਾਜੀ ਕਿੰਨੀ ਦੇਰ 'ਚ ਦੁੱਲਾ ਤਿਆਰ ਹੋ ਜਾਏਗਾ ਇਹ ਤਕਰੀਬਨ ਤੁਸੀਂ ਭਾਜੀ ਹੁਣ ਨਾ ਨਿਕਾਹ ਜਿਹੜਾ ਫੋਨ ਤੇ ਕਰ ਲਓ ਦੁੱਲਾ ਮੇਰੇ ਕੋਲ 2026 'ਚ ਲੈ ਜਾਣਾ ਭਾਜੀ
माल पावांगा फिर लैके आना तेरी परचून की दुकान लैन जाना बस तू नारियां तू अपनी चीजा पूरी रख तेन पता नफीस साहब ने आना है नफीस इदा बच्चे होंगे वेख तो सही थोड़े पूरे खानदान चो इदा बच्चा नहीं होना तू कम कर ला ना बाल एक ना रवे इतना दुआ कर लें खैर की नाम लेना चाहिए ठंडी पाजी मैंने कोई गल तो दसो जी जी थोड़ा ना बेड़ा क्यों कर गया पाजी खाली झत मारने मास्को मेरे को मैं आप चाहना मास्को ला के मैं काम करा चमल निकल रही मेरे पाजी मुंह नहीं इदा मैं लगा गंदी मच्छी फड़न रहा की यार तू क्यों गल करी जाने तू नुक्स कटी जा रहे तू पैसे लेने पाजी मैं लगन डे मैं संघाड़े छिलने यकीन बिलकुल सही क्यों पता नहीं तेन लोग मैं उधर गोविंदा कहते हैं किधर कहते भाजी इंडिया च हूँ उन्होंने मूँह फा लेने से भाई लोग तो बड़ा कुछ कहते हैं अच्छा ये बताओ ये ना पूछो मेरे को होर को गल पूछ लो कितनी देर हो गई तुम्हें दुकान पा रहे हो भाजी जितनी भी हो गई यकीन मुझे एडी लांत नहीं मैं कभी खटी इंसान की कात का पता लग जाता करतूत सारा कुछ चेहरे आई गल सुन शेव करके मेरे चांदी के वर्क भी लाने कहते लाने भाजी चांदी के वर्क नहीं होंगे कमेले तैयार करने तेरे चांदी के वर्क लाने अच्छा ये बताओ हाँ जी लस्सी बना पूरे खान नफीस जेड़ा भी दोस्त आ चेहरा वेख तो फिर नफीस नाम रख अगर चेहरा वेख अल्हम्दुलिल्लाह नाम रख दितू दितू निशान साहब मेरी गल सुनो गारा बन गया तेरी कंध खराब चिनाई हाथ देखो किन मनो तू मेन काला कर दिता है मैं ट्वीट मड़ के हटिया देखो है वाह वाह क्यों गोता तो
ਯਾਰ ਤੂੰ ਇੱਧਰ ਕੰਮ ਵੱਲ ਧਿਆਨ ਦੇ, ਪੱਖਾ ਚੱਲੀ ਜਾਂਦੇ, ਪੌਣੇ ਘੰਟੇ ਦਾ ਟਾਈਮ ਲਿਆ ਸੀ ਤੈਨੂੰ। ਭਾਜੀ ਮੈਂ ਤੈਨੂੰ ਗੱਲ ਦੱਸਦਾ, ਮਲੀ ਜਾਣਾ ਜੇ ਜ਼ਿਆਦਾ ਤੇਜ਼ ਮਲਦਿਆਂ ਮਲਦਿਆਂ ਅੱਗ ਪੈ ਗਈ ਨਾ ਮੈਨੂੰ ਨਹੀਂ ਕੁਛ ਕਹਿਣਾ। ਤੈਨੂੰ ਕੀ ਪਤਾ ਵੀ ਤੇਰੇ ਕੋਲੇ ਕੌਣ ਆਇਆ? ਨਫੀਸ ਸਾਹਿਬ ਆਏ ਆ। ਨਫੀਸ ਸਾਹਿਬ ਕਿਤੇ ਮਰੂ ਚੋਂ ਨਿਕਲੇ ਆ? ਕੀੜਾ ਟਾਇਪ ਮੂੰਹ ਤੁਹਾਡਾ ਭਾਜੀ ਤੈਨੂੰ ਪਤਾ ਮੇਰੀ ਕਿੰਨੀ ਸੋਫਟ ਸਕਿਨ ਆ, ਜੇ ਮਾੜਾ ਜਿਹਾ ਜ਼ਰਾ ਆ ਗਿਆ ਤੇ ਤੇਰੀ ਭਰਜਾਈ ਨੇ ਨਾਰਾਜ਼ ਹੋ ਜਾਣਾ। ਭਾਜੀ ਇਹਨੂੰ ਸਕਿਨ ਨਾ ਕਵੇ। ਹਾਂ ਅੱਜ ਤੋਂ ਬਾਅਦ ਤੁਸੀਂ ਸਕਿਨ ਕਹਿਣਾ। ਤੂੰ ਸਕਿਨ ਨਹੀਂ ਕਹਿਣਾ, ਤੂੰ ਮੇਰਾ ਸਫਰਾ ਸੜ ਗਿਆ ਨਾ ਫੇਰ ਕਹਿਣਾ। ਇਹ ਕਹਿ ਬਸ ਸਫਰਾ ਕਿਹੜਾ? ਆਹ ਜਿਹੜਾ ਸਫਰਾ ਜਿਹਾ ਜਿਹੜੀ ਨਾ ਵਿਸ਼ਾਈ। ਹਾਂ ਯਾਰ ਕੋ ਅਕਲ ਕਰ, ਕੀ ਕਰ ਰਿਹਾ ਤੂੰ? ਉਹਨੂੰ ਵੀ ਸਮਝਾਓ ਭਾਜੀ। ਭਾਜੀ ਤੁਸੀਂ ਵੀ ਕਿਉਂ ਬਦਤਮੀਜ਼ੀ ਕਰਨ ਦਾ ਹੈ? ਚੁੱਪ ਕਰਕੇ ਨਹੀਂ, ਮੈਨੂੰ ਫਿਰ ਗੁੱਸਾ ਤੇ ਆਉਣਾ। ਇੱਧਰ ਆਓ ਤੁਸੀਂ, ਬਹੁਤ ਮੁੰਡਾ ਗੁੱਸੇ ਵਾਲਾ। ਹਾਂ ਮੇਰੇ ਗੁੱਸਾ ਨਹੀਂ ਆਉਂਦਾ। ਨਹੀਂ ਨਹੀਂ ਤੁਸੀਂ ਕੰਮ ਵੱਲ ਧਿਆਨ ਦਿਓ, ਇੱਧਰ ਆਓ। ਹੁਣ ਕਦੇ ਬੋਲ ਨਹੀਂ ਨਾ ਨਫੀਸ। ਚਲੋ ਚਲੋ ਕਰੋ ਸ਼ੇਵ। ਤੂੰ ਮੁੰਡਾ ਵੈਸੇ ਸ਼ੁਗਲ ਵੀ ਹੈ ਨਾ? ਕਾਹਦਾ ਸ਼ੁਗਲ? ਹਾਂ ਪੜਦਾ ਕਰ ਜਾਣਾ ਦੇਖੀ ਤੂੰ। ਮੈਨੂੰ ਬੋ ਆਉਣ ਡਈ ਆ ਨਾ, ਸਕੂਨ ਤੁਹਾਨੂੰ ਆਉਣ ਡਿਆ ਭਾਜੀ? ਯਾਰ ਗੋਖਲ ਕਰ ਜਾ ਕਿ ਤੈਨੂੰ ਕੱਲੇ ਨੂੰ ਆਉਣ ਡਈ? ਬੱਚੇ ਚਲੋ ਢੋਹ ਲਾਓ ਤੁਸੀਂ। ਭਾਈ ਜਾਨ ਜਦੋਂ ਤੁਸੀਂ ਪੈਦਾ ਹੋਏ ਹੋ ਜੀ ਭਾਈ ਜੀ, ਮੈਂ ਹਿਸਾਬ ਲਿਆ ਖੁਸ਼ ਸੀਗੇ ਜੀ ਜੀ। ਇਹਦੀ ਵਾਰੀ ਤਾਂ ਲੱਗਦਾ ਵਾਲਦੇ ਦੇ ਦਿਲ ਚ ਕੋਈ ਮੈਲ ਸੀਗੀ ਹੈ ਨਾ ਭਾਜੀ? ਭਾਈ ਕਿੰਨੀ ਕੁ ਦੇਰ ਲੱਗ ਜਾਏਗੀ? ਭਾਈ 4 ਸਾਲ ਲੱਗ ਜਾਣੇ ਆ। ਮੈਂ ਘਰ ਫੋਨ ਕਰਕੇ ਕਹਿਣ ਲੱਗਾ ਵੀ ਰਿਹਾਇਸ਼ ਇੱਥੇ ਹੀ ਕਰ ਲਓ ਸਾਰੇ, ਮੈਂ ਆਪਣੇ ਬੱਚੇ ਆਪਣੇ ਬੀਵੀ ਬੱਚੇ ਲੈ ਕੇ ਇੱਥੇ ਆਉਣ ਲੱਗਾ ਭਾਜੀ। ਲਾੜਾ ਨਵਾਂ ਬਣਾ ਰਹੇ ਤੁਸੀਂ? ਨਵਾਂ ਕੀ ਨਵਾਂ ਕੀ, ਨਫੀਸ ਉਹਨੂੰ 10ਵੇਂ ਨਫੀਸ ਆਇਆ ਤੇਰੇ ਕੋਲ? ਨਫੀਸ ਸਾਹਿਬ ਲਾ ਖੈਰ ਭਰਾਵਾ, ਤੇਰਾ ਨਾਂ ਨਫੀਸ ਨਹੀਂ ਸੀ ਹੋਣਾ ਚਾਹੀਦਾ। ਛੱਡੀ ਜਰਾ ਮੈਂ ਤੇਰਾ ਆਪਣਾ ਕਲਰ ਦੇਖਾਂ। ਆ ਕੁੱਤੇ ਆ ਕੀ ਕਰ ਦਿੱਤਾ ਭਾਜੀ? ਸਿੱਧਾ ਮੁਕਰ ਤੈਨੂੰ ਸੈੱਟ ਕਰ ਰਹੇ ਆ। ਸੈੱਟ ਕੀ ਮੇਰੇ ਬੜਾ ਕਲਰ ਬਣਾਉਣ ਦੇ? ਹਾਂ ਬਸ ਤੁਸੀਂ ਥੋੜਾ ਢੋ ਲਾਓ ਜਰਾ ਭਾਜੀ। ਮੱਛਰ ਬਹੁਤ ਮੋਟਾ ਆ ਰਿਹਾ ਦੇਖੋ। ਤੇ ਤੂੰ ਮੋਟਾ ਮੱਛਰ ਮੇਰੇ ਕੋਲ ਕੋਈ ਨਹੀਂ ਭਾਜੀ। ਹੁਣ ਮੱਛਰ ਤੁਸੀਂ ਨਹੀਂ ਮਾਰਨਾ, ਭਰਾ ਦੀ ਡਿਊਟੀ ਲਾਉਣੀ। ਨਹੀਂ ਭਾਜੀ, ਨਹੀਂ ਨਹੀਂ, ਮੈਂ ਗੰਨ ਨਾਲ ਮੰਗਾਉਣਾ ਆਪਣਾ। ਨਹੀਂ ਭਾਜੀ ਇਦਾਂ ਨਹੀਂ ਭਾਜੀ, ਜ਼ਿਆਦੀ ਆ। ਇੱਕ ਮੱਛਰ ਤੁਹਾਡਾ, ਇੱਕ ਮੱਛਰ ਸਾਡਾ। ਚਲੋ ਹੁਣ ਜਿਹੜਾ ਆਏਗਾ ਮੱਛਰ ਮੇਰਾ ਭਾਜੀ, ਅਗਲਾ ਮੱਛਰ ਤੁਹਾਡਾ। ਮੇਰੀ ਸ਼ਿਕਾਇਤ ਲਾ ਦੇ। ਤੈਨੂੰ ਪਤਾ ਨੀ ਤੇਰੇ ਕੋਲ ਕੌਣ ਆਇਆ? ਯਾਰ ਜੋ ਜਿਹੜਾ ਵੀ ਆ ਭਰਾ, ਤੇਰਾ ਤੇਰੇ ਲਾਫੇ ਕਰਾਉਣੇ ਤੇ ਮੇਰੇ ਸਿਰ ਹੋ ਜਾਣਾ। ਨਫੀਸ ਸਾਹਿਬ ਆ, ਨਫੀਸ ਸਾਹਿਬ ਲਾਫੇ ਨਹੀਂ ਹੈਗੇ। ਨਫੀਸ ਆ, ਨਫੀਸ ਆ, ਐਸੇ ਬਤਾਓ ਯਾਰ, ਜਵਾਬ ਤੂੰ ਐਸੇ ਬਤਾਓ। ਉਹ ਤੇਰੇ ਦੰਦ ਨਹੀਂ ਨਫੀਸ ਵਾਲੇ, ਦੰਦ ਨਫੀਸ ਹੁੰਦੇ ਏਦਾਂ ਦੇ ਬੱਚੇ ਦੇਖਦੇ ਸਹੀ ਆ ਵੇਖ ਲਾ ਯਾਰ। ਐਸਾ ਕਿਉਂ ਕਰ ਰਹੇ ਹੋ? ਕਿਉਂ ਮੇਰੀ ਨਾਰਮਲ ਸੀ ਸਕਿੱਲ ਕੋ ਕਿਉਂ ਬਰਬਾਦ ਕਰ ਰਹੇ ਹੋ ਯਾਰ? ਯਾਰ ਨਾਰਮਲ ਸਕਿੱਲ ਨਾ ਕਹਿ, ਯਕੀਨ ਮੈਂ ਨਿਓਲੇ ਨਾਲ ਭੈੜੇ ਹਾਲਾਤ ਆ ਤੇਰੇ। ਤੂੰ ਨਾਰਮਲ ਸਕਿੱਲ ਕਹਿ ਹੁੰਦੇ ਆ ਵਾ। ਇਹ ਨਿਓਲਾ ਕਿਹਾ ਹੁੰਦਾ ਅਜਮਲ? ਤੁਸੀਂ ਫੋਟੋ ਨਹੀਂ ਆਪਣੀ ਦੇਖੀ? ਹਾਂ, ਉਹਦੇ ਨਾਲ ਜਦੋਂ ਖੱਬੇ ਪਾਸੇ ਉਹ ਨਿਓਲਾ ਹੀ ਪਾਇਆ। ਕੀ ਪੱਤ? ਅੱਛਾ ਛੱਡੋ, ਇੱਕ ਮਿੰਟ ਛੱਡੋ ਬਈ, ਛੱਡੋ। ਹਾਂ ਛੋੜੋ, ਅਖਬਾਰ ਹੈ ਤੁਹਾਡੇ ਪਾਸ? ਮੈਨੇ ਪੜ੍ਹਨੀ ਆ, ਜਾਓ ਦੇ ਕਰਾਓ। ਭਾਜੀ ਪੁਰਾਣੀ ਆ। ਪੁਰਾਣੀ ਤਾਂ ਮੇਰੀ ਤੇਰੀ ਤਸਵੀਰ ਆਈ ਆ ਉੱਤੇ। ਜਿਹੜੀ ਵੀ ਮੈਂ ਪੜ੍ਹਨੀ ਆ ਦੇਖ ਰਹੋ। ਲੈ ਜਾ ਯਾਰ, ਮੈਨੂੰ ਗੁਨਾਹਗਾਰ ਨਾ ਕਰ, ਹੋਰ ਗੁਨਾਹਗਾਰ। ਮੈਂ ਕਹਿੰਦਾ ਕਿਦਾਂ ਲਾਇਆ 3 ਬੰਦੇ ਹੋਰ ਬੁਲਾ। ਹਾਂ ਮੇਰਾ ਮਤਲਬ ਭਾਜੀ ਨਾ, ਗੱਡੀ 4 ਦਰਵਾਜ਼ੇ ਹੈ ਨਾ, ਚੌਥਾ ਮੈਂ। ਵੈਰੀ ਗੁੱਡ, ਮੈਨੂੰ ਪਤਾ 4 ਦਰਵਾਜ਼ੇ। ਮੇਰੀ ਗੱਲ ਸੁਣ ਯਾਰ, ਹੁਣ ਤੈਨੂੰ ਨਹੀਂ ਆਉਂਦੇ ਸੀ ਕਿਥੋਂ ਲੱਭਦੇ? ਫਿਰ ਤੂੰ ਗਿੱਟਿਆ ਤੋਂ ਫਾਲੀ, ਮੈਂ ਬਾਹਾਂ ਤੋਂ ਫਾੜ ਲੂੰ, ਦੋਵੇਂ ਭਰਾ ਲੈ ਜਾਂਦੇ। ਖੰਡਾ ਨਾ ਤੁਹਾਡੇ ਤੇ ਕਹਿ ਦੇਣਾ ਲੰਗਰ ਲਗਾਉਣ ਨਹੀਂ ਹੋ ਯਾਰ। ਨਫੀਸ ਸਾਹਿਬ ਨੇ, ਨਫੀਸ ਸਾਹਿਬ ਇਹਨੂੰ ਪਤਾ ਹੀ ਨਹੀਂ, ਇਹਨੂੰ ਨਹੀਂ ਤੁਹਾਨੂੰ ਨਹੀਂ ਪਤਾ, ਤੁਹਾਨੂੰ ਨਹੀਂ ਪਤਾ ਕਿਤੇ ਬਹਿ ਜਾਓ। ਤੁਸੀਂ ਪਤਾ ਹੀ ਮਰਿਆ ਨੀ ਮੱਛਰ ਸਹੀ ਤਰ੍ਹਾਂ?
ਤੁਸੀਂ ਤਾਂ ਪਹਿਲਾਂ ਮੱਛਰ ਦੀ ਤਾਂ ਕਵਰ ਕੱਢਿਓ, ਫਿਰ ਤੁਹਾਨੂੰ ਪਤਾ ਲੱਗੂਗਾ ਉਹ ਮਰ ਜੂ। ਲਾਹਨਤ ਭਾਜੀ, ਕਵਰ ਕੱਢਾਂਗੇ ਉਹਨੂੰ ਪਹਿਲਾਂ ਤਿਆਰ ਤੇ ਕਰ ਲਈਏ। ਨਫੀਸ ਨਾ ਕਹੋ, ਜਿੱਦਾਂ ਤੁਹਾਡਾ ਮੂੰਹ ਤੁਹਾਡਾ ਨਾ ਹੋਣਾ ਅਜਰੀ ਮੁੰਡਾ ਨਫੀਸ ਸਾਹਿਬ, ਤੁਸੀਂ ਪਤਾਵਾਂ ਜਿਹਾ ਲੱਗਣ ਡਿਆ ਜਿਲਦ। ਇੱਕ ਸੈਕਿੰਡ ਕਾਲ ਆ ਰਹੀ, ਕੌਣ ਹੈ? ਦੇਖੋ ਅਜਮਲ, ਕਿਸੇ ਕਸਟਮਰ ਕੀ ਹੋ ਗਈ ਜਾਂ 20 ਲੱਖ ਰੁਪਇਆ ਲੈਣਾ ਹੈ? ਨਹੀਂ ਨਹੀਂ ਨਫੀਸ ਸਾਹਿਬ, ਤੁਹਾਡੇ ਸਸੁਰਾਲ ਵੱਲੋਂ ਕਾਲ ਆ। ਓ ਵੈਰੀ ਗੁੱਡ, ਮੇਰੇ ਭਰਜਾਈ ਦਾ ਨੰਬਰ ਹੈ ਇਹਦਾ। ਹੈ, ਤੁਹਾਡੀ ਗੱਲ ਕਰਾਂ ਜਾਂ ਆਪ ਹੀ ਕਰ ਲਾਂ? ਮੈਂ ਕਰ ਲਾਂ, ਨਾ ਲਿਆਓ। ਆਹੋ, ਤੇਰੀ ਫੁੱਫੀ ਦੀ ਕੁੜੀ ਆ। ਇਹ ਸ਼ੇਪ ਦੀ ਗੱਲ ਹੀ ਹੋਈ। ਹਾਂ, ਇੱਕ ਸੈਕਿੰਡ। ਹੈਲੋ, ਹਾਂਜੀ, ਨਹੀਂ ਭਾਜੀ ਤਿਆਰ ਹੋ ਰਹੇ ਆ। ਹਾਂ, ਕੋਈ ਫਰਕ ਨਹੀਂ ਪੈਣਾ, ਉਹ ਨਿਕਾਹ ਵੀ ਕਰ ਲਿਆ ਉਹਨੇ ਕੁੜੀ ਨੇ ਆਪੇ ਹੀ। ਅਤੇ ਇੱਧਰ ਮੈਂ ਭਾਈ ਨੂੰ ਤਿਆਰ ਕਰਾਉਣ ਡਿਆ ਵਾਂ, ਦਫਨਾ ਦਈਏ ਇਹਨਾਂ ਨੂੰ? ਨਹੀਂ, ਮੈਂ ਤਾਂ ਪਾਰਲਰ ਦਾ 7500 ਰੁਪਈਆ ਵੀ ਦੇ ਦਿੱਤਾ ਵਾ। ਨਹੀਂ ਨਹੀਂ ਭਾਈ, ਕੋਈ ਤਾਂ ਫਰਕ ਪਏਗਾ ਜੀ। ਨਫੀਸ ਸਾਹਿਬ ਜੀ, ਜੀ ਉਹ ਕਿਸੇ ਹੋਰ ਪਾਸੇ ਉਹਨੇ ਕਰ ਲਿਆ ਨਿਕਾਹ। ਤੈਨੂੰ ਤਾਂ ਆਸਰਾ ਕਰਾ ਸੀ, ਤੂੰ ਪੱਕਾ ਹੀ ਹੋ ਗਿਆ। ਉਹ ਭੱਜਣੀ ਸੀਗੀ ਤੇਰੇ ਕੋਲ, ਆ ਕੇ ਵੀ ਹੋਰ ਹਫ਼ਤੇ ਬਾਅਦ ਨਿਕਲ ਜਾਣੀ ਸੀ, ਐਵੇਂ ਤੇਰਾ ਖਰਚਾ ਹੀ ਪੈਣਾ ਸੀ। ਚੱਲ ਦੌੜ ਦਫਾ ਇੱਥੋਂ, ਚੱਲ ਨਿਕਲ ਸਾਹਿਬ ਨੂੰ ਬਾਹਰ ਕੱਢ ਰਿਹਾ।